ਅੱਗੇ ਵੇਖੋ। ਇਸ ਵਾਰ ਸਾਡੇ ਨਾਲ ਸੁਰਾਂ ਦੇ ਬਾਦਸ਼ਾਹ ਨਵਰਾਜ ਹੰਸ ਜੋ ਖੋਲਣਗੇ ਆਪਣੀ ਲਾਈਫ ਦੇ ਕੁਝ ਰਾਹ। ਮੈਂ ਕਿਹਾ ਮੈਨੂੰ ਭਾਵੇਂ ਨਾ ਰਿਕਸ਼ੇ ਤੇ ਭੇਜ ਦਿਓ, ਮੈਂ ਕਾਲਜ ਜਾਊਂਗਾ, ਰਿਕਸ਼ੇ ਤੇ ਗੱਡੀਆਂ ਚਾਹੀਦੀਆਂ ਮੈਨੂੰ। ਅਤੇ ਛੇੜਾਂਗੇ ਕੁਝ ਸਾਹ ਦਿੰਦੀਆਂ ਧੂਮਾਂ ਵਿੱਚ। ਅਗਲਾ ਪ੍ਰੋਗਰਾਮ ਸਪਾਰਕ ਪੰਜਾਬੀ ਟਾਕ 20 ਸਿਰਫ ਸਪਾਰਕ ਪੰਜਾਬੀ ਤੇ।